ਮਾਈ ਭਾਈ ਜੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਵਿਸ਼ੇ ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਹਨ। ਉਸ ਵਿਸ਼ੇ ਦੇ ਸੁਰੰਦਰ ਵਿਦਵਾਨ ਸਰਦਾਰਯੋਗ ਭਾਈ ਮਨਵੀਰ ਸਿੰਘ ਜੀ, ਜਿਹਨਾਂ ਨੂੰ ਆਪ ਸਾਰੇ ਭਲੀ ਭਾਂਤ ਜਾਣਦੇ ਹੋ, ਉਸ ਦੀਵਾਰ ਵਿੱਚ ਆ ਗਏ ਨੇ ਅਤੇ ਆਪ ਜੀ ਨੂੰ ਦਸਮ ਪਾਤਸ਼ਾਹ ਜੀ ਦੀ ਪਾਵਨ ਕੁਰਬਾਨੀ ਨਾਲ ਖਿਆਲ ਕਰੂੰਗੇ। ਮੈਂ ਆਪਣੀ ਕੁਝ ਉਸ ਵਿਦਵਾਨ ਬਜ਼ੁਰਗ ਦੀ ਆਗਿਆ ਨਾਲ ਆਪ ਜੀ ਦੇ ਸਨਮੁਖ ਰੱਖਣੀ ਚਾਹੁੰਦਾ। ਪਹਿਲਾਂ ਮੈਂ ਡਾਕਟਰ ਰਤਨ ਸਿੰਘ ਜੱਗੀ ਜੀ ਨੇ ਜਦੋਂ ਦਸਮ ਗ੍ਰੰਥ ਦੇ ਪ੍ਰਤੀਤਵ ਦੇ ਸ਼ੋਧ ਦਾ ਕੰਮ, ਖੋਜ ਦਾ ਕੰਮ ਕੀਤਾ ਸੀ ਤਾਂ ਉਹਨਾਂ ਇਹ ਸੰਸਥਾ ਪ੍ਰਗਟ ਕੀਤਾ ਕਿ ਦਸਮ ਗ੍ਰੰਥ ਦੀ ਸਾਰੀ ਬਾਣੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਹੀਂ ਹੈ। ਉਸ ਤੋਂ ਬਾਅਦ ਇਹ ਕਿਤਾਬ ਇਸ ਵਿਸ਼ੇ ਉੱਤੇ ਮੈਂ ਸ਼ੋਭ ਜੀ ਵੀ ਇਸ ਵਿਸ਼ੇ ਉੱਤੇ ਆਈ, ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਨੇ ਦਸਮ ਗ੍ਰੰਥ ਦੇ ਹੱਥ ਵਿੱਚ ਲਿਖਿਆ, ਗਿਆਨੀ ਭਾਗ ਸਿੰਘ ਵਾਲਾ ਜੀ ਦਸਮ ਗ੍ਰੰਥ ਦੇ ਸੰਬੰਧ ਵਿੱਚ ਜੋ ਕੁਝ ਲਿਖਿਆ ਗਿਆ ਸੀ ਉਸ ਵਾਸਤੇ ਅਕਾਲ ਤਖ਼ਤ ਦੇ ਹੁਕਮਰਾਨ ਉਹਨਾਂ ਨੂੰ ਪੰਥੀ ਤੋਂ ਛੇਕਿਆ ਵੀ ਗਿਆ। ਪਿਛਲੇ ਗਿਆਨੀ ਭਾਗ ਸਿੰਘ ਤੋਂ ਬਾਅਦ ਕੁਝ ਸੰਸਥਾਵਾਂ ਜਾਂ ਕੁਝ ਵਿਅਕਤੀ ਦਸਮ ਗ੍ਰੰਥ ਦੇ ਵਿਰੁੱਧ ਪ੍ਰਚਾਰ ਜ਼ਰੂਰ ਕਰਦੇ ਰਹੇ ਨੇ, ਪਰੰਤੂ ਖੁੱਲ੍ਹ ਕੇ ਪ੍ਰਚਾਰ ਦਸਮ ਗ੍ਰੰਥ ਦੇ ਵਿਰੁੱਧ ਸੰਗਤਾਂ ਦੇ ਸਾਹਮਣੇ ਰੱਖਣ ਦਾ ਕਿਸੇ ਨੇ ਹੌਸਲਾ ਨਹੀਂ ਕੀਤਾ। ਪਿਛਲੇ ਕੁਝ ਅਰਸੇ ਵਿੱਚ ਕਾਲਾ ਪਹਿਲਾਂ ਨਾਮ ਦਾ ਕੋਈ ਵਿਅਕਤੀ ਹੈ, ਉਹਨਾਂ ਦੀ ਬਹੁਤ ਹੀ ਘਟੀਆ ਲੱਚਰ ਕਿਸਮ ਦੀ ਕਿਤਾਬ, ਜਿਸ ਬੰਦੇ ਨੂੰ ਜੇ ਕਿਤਾਬ ਮੈਂ ਵਿਚਿੱਤਰ ਨਾਟਕ 'ਤੇ ਲਿਖਣੀ ਹੈ ਤਾਂ ਵਿਚਿੱਤਰ ਨਾਟਕ ਦੇ ਸਪੈਲਿੰਗ ਤਾਂ ਮੈਨੂੰ ਘੱਟੋ ਘੱਟ ਆਉਣੀ ਚਾਹੀਦੀ। ਜੋ ਦਸਮ ਗ੍ਰੰਥ 'ਚ ਲਿਖੇ ਗਏ ਨੇ ਉਸ ਬੰਦੇ ਨੂੰ ਸਪੈਲਿੰਗ ਤੱਕ ਵਿਚਿੱਤਰ ਨਾਟਕ ਨਹੀਂ ਆਉਂਦੇ, ਉਸ ਵਿਅਕਤੀ ਨੇ ਬੜੀ ਘਟੀਆ ਕਿਸਮ ਦੀ ਕਿਤਾਬ, ਕਿਉਂਕਿ ਜੇ ਕੋਈ ਵਿਅਕਤੀ ਕਹੇ ਕਿ ਬੜੇ ਦਸਮ ਗ੍ਰੰਥ ਬੜੇ ਕਿਸੇ ਉਹ ਦੇ ਹੱਥਾਂ ਨਾਲ ਲਿਖਿਆ ਹੋਇਆ ਤਾਂ ਇਹ ਲੱਚਰ ਮਾਰ ਹੈ, ਘਟੀਆ। ਜੇਕਰ ਅਸੀਂ ਇਹ ਵੀ ਕਹੀਏ ਕਿ 99% ਦਸਮ ਗ੍ਰੰਥ ਹਜ਼ੂਰ ਦਸਮ ਪਾਤਸ਼ਾਹ ਦੇ ਨਹੀਂ, 1% ਵੀ ਅਗਰ ਗੁੰਜਾਇਸ਼ ਹੈ ਕਿ ਇਹ ਦਸਮ ਪਾਤਸ਼ਾਹ ਜੀ ਦਾ ਹੈ ਤਾਂ ਇਸ ਨੂੰ ਕੁਝ ਹੀ ਰਚਨਾ ਕਹਿਣਾ 1% ਸੰਭਾਵਨਾ ਹੈ ਕਿ ਮੈਂ ਆਪਣੇ ਗੁਰੂ ਨੂੰ ਪੁੱਜਾ ਕਹਿ ਰਿਹਾ। ਇਹਨਾਂ ਵਿਅਕਤੀਆਂ ਨੇ ਗੁਰੂ ਨੂੰ ਪੁੱਜਾ ਕਹਿ ਦਿੱਤਾ, ਪਰੰਤੂ ਕਾਲਾ ਖਾਨਾ ਦੀ ਬਹੁਤ ਘਟੀਆ ਕਿਤਾਬ ਆਉਣ ਤੋਂ ਬਾਅਦ ਸਰਦਾਰ ਗੁਰਦੇਵ ਸਿੰਘ ਜਿਹੜੇ ਝੂਠੋ ਝੂਠ ਆਪ ਬਣੇ ਨੈਸ਼ਨਲ ਪ੍ਰੋਫੈਸਰ ਆਫ ਸਿੱਖੀ ਦੇ ਮਹਾਨ, ਸਿੱਖਾਂ ਨੇ ਕੋਈ ਖਿਤਾਬ ਨਹੀਂ ਦਿੱਤਾ। ਜਦੋਂ ਚੈਲੇਂਜ ਕੀਤਾ ਗਿਆ ਤੇ ਕਹਿਣ ਲੱਗੇ ਨਹੀਂ, ਫਿਰ ਨੈਸ਼ਨਲ ਰੱਖਣਾ ਸ਼ੁਰੂ ਕਰਤਾ, ਪ੍ਰੋਫੈਸਰ ਆਫ ਸਿੱਖੀ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਪੰਜਾਬੀ ਟ੍ਰਿਬਿਊਨ ਵਿੱਚ ਦਸਮ ਗ੍ਰੰਥ ਦੇ ਵਿਰੁੱਧ ਇੱਕ ਲੇਖ ਛਾਪਿਆ ਜਿਹਦੇ ਵਿੱਚ ਕੁਝ ਵੀ ਨਵਾਂ ਨਹੀਂ ਸੀ, ਜੋ ਕੁਝ ਪੁਰਾਣਾ ਸੀ ਉਹ ਵੀ ਘਟੀਆ ਤਰੀਕੇ ਨਾਲ ਪੇਸ਼ ਕੀਤਾ। ਉਹਦਾ ਜਵਾਬ ਮੇਰੇ ਮਿੱਤਰ ਡਾਕਟਰ ਹਰਪਾਲ ਸਿੰਘ ਪਾਲੋ ਨੇ ਦਿੱਤਾ। ਜਦੋਂ ਚਰਚਾ ਸਰਗਰਮ ਹੋਈ ਮੈਂ ਇੱਕ ਲੇਖ ਲਿਖਿਆ, ਪਰੰਤੂ ਇਹ ਲੇਖ ਸਾਰੇ ਵਾਪਸ ਕਰ ਦਿੱਤੇ ਵੀ ਹੁਣ ਅਕਾਲ ਤਖ਼ਤ ਨੇ ਇਸ ਵਿਸ਼ੇ ਚਰਚਾ ਦੀ ਹੈ ਉਹ ਬੰਦ ਕਰ ਦਿੱਤੀ ਹੈ, ਜਿਹੜੀ ਕਿ ਮੈਂ ਸਮਝਦਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਬੜੇ ਹੀ ਮਾੜੇ ਮੌਕੇ 'ਤੇ ਇਸ ਕਿਸਮ ਦਾ ਆਦੇਸ਼ ਸੰਗਤ ਨੂੰ ਦਿੱਤਾ। ਕਿਉਂ ਸਮਾਂ ਮਾੜਾ ਸੀ? ਕਿਉਂਕਿ ਜਿਨ੍ਹਾਂ ਨੇ ਦਸਮ ਗ੍ਰੰਥ ਦੇ ਵਿਰੁੱਧ ਬਕਵਾਸ ਕਰਨੀ ਸੀ ਉਹ ਕਰ ਚੁੱਕੇ ਸਨ, ਉਹ
ਉਹਨਾਂ ਦਾ ਜਵਾਬ ਦੇਣ ਵਾਸਤੇ ਜਦੋਂ ਕੁਝ ਲੋਕ ਅੱਗੇ ਆਏ ਤਾਂ ਅਕਾਲ ਤਖ਼ਤ ਦੇ ਪਤਨ ਦੀ ਰਾਜਨੀਤੀ ਵੀ ਹੋਣੇ ਤੇ ਚਰਚਾ ਨਹੀਂ ਹੋਈ। ਮੇਰੀ ਇਹ ਬੇਨਤੀ ਹੈ ਕਿ ਦਸਮ ਗ੍ਰੰਥ ਦਾ ਜਦੋਂ ਤੱਕ ਸਿਸਟਮ ਬੰਦੇ ਨੂੰ ਸਮਝ ਨਹੀਂ ਆਉਂਦਾ ਕਿ ਇਹਦੇ ਵਿੱਚ ਚੀਜ਼ ਕੀ ਹੈ, ਤਦੋਂ ਤੱਕ ਉਸ ਬੰਦੇ ਨੂੰ ਦਸਮ ਗ੍ਰੰਥ ਦੀ ਬਾਣੀ ਦੇ ਸੰਬੰਧ ਵਿੱਚ ਕੁਝ ਵੀ ਨਹੀਂ ਬੋਲਣਾ ਚਾਹੀਦਾ। ਪਹਿਲਾਂ ਸਮਝਣਾ ਪਵੇਗਾ ਕੀ ਚੀਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਹੈ ਤੇ ਦਸਮ ਗ੍ਰੰਥ ਦੀ ਬਾਣੀ ਕੀ ਹੈ। ਜੇ ਇਸ ਗੱਲ ਦੀ ਸਮਝ ਆ ਜਾਵੇ ਤਾਂ ਇਹ ਨਿਰਣਾ ਕਰਨਾ ਸੌਖਾ ਹੋ ਜਾਏਗਾ ਕਿ ਇਹ ਬਾਣੀ ਸ੍ਰੀ ਗੁਰੂ ਜੀ ਦੀ ਹੈ ਜਾਂ ਸਿੱਖਾਂ ਦੀ ਹੈ ਜਾਂ ਕਵੀਆਂ ਦੀ ਹੈ ਜਾਂ ਉਹਨਾਂ ਕਵੀਆਂ ਦੀ ਹੈ ਜਿਹੜੇ ਜਾਣ ਬੁੱਝ ਕੇ ਸਿੱਖ ਧਰਮ ਦੇ ਖਿਲਾਫ਼ ਕਰਨਾ ਚਾਹੁੰਦੇ ਸਨ। ਇਹ ਫੈਸਲਾ ਤਾਂ ਹੋ ਸਕਦਾ। ਮੈਂ ਥੋੜ੍ਹੀ ਜਿਹੀ ਗੱਲ ਇਸ ਪ੍ਰਸੰਗ ਵਿੱਚ ਪਹਿਲਾਂ ਕਰਕੇ ਫਿਰ ਅੱਗੇ ਦੂਜੀਆਂ ਗੱਲਾਂ ਕਰਾਂ। ਨਾਮ ਜਿਹੜਾ ਕਿ ਸਾਡੇ ਜੀਵਨ ਦਾ ਆਧਾਰ ਹੈ, ਸਾਚਾ ਨਾਮ ਮੇਰਾ ਆਧਾਰ, ਇਹ ਨਾਮ ਸਾਡੇ ਸੰਪਰਕ ਵਿੱਚ ਦੋ ਤਰੀਕਿਆਂ ਨਾਲ ਪਾਉਂਦਾ। ਇੱਕ ਤੇ ਹੈ ਪਰਮੇਸ਼ਰ ਜੀ ਦੇ ਜਿਹੜੇ ਕੁਦਰਤ ਵਿੱਚ ਵਿਦਮਾਨ ਗੁਣ ਹਨ, ਕੁਦਰਤ ਵਿੱਚ ਜਿਹੜੇ ਉਹਦੇ ਵਰਤਦੇ ਗੁਣ ਹਨ, ਉਹਨਾਂ ਗੁਣਾਂ ਦੀ ਮਹਾਂਪੁਰਖ ਆ ਕੇ ਸਾਡੇ ਪ੍ਰਗਿਆ ਨੂੰ ਪਛਾਣ ਕਰਾਉਂਦੇ ਨੇ ਕਿ ਪਰਮੇਸ਼ਰ ਜੀ ਵਿੱਚ ਆ ਆ ਆ ਆ ਗੁਣ ਹੈ। ਉਹ ਮਰਦਾ ਨਹੀਂ, ਆਉਂਦਾ ਤੇ ਜਾਂਦਾ ਨਹੀਂ, ਉਹਨੂੰ ਸੱਤ ਕਹਿ ਦਿੱਤਾ, ਜਮਨ ਮਨ ਵਿੱਚ ਟਾਈਮ ਦੀ ਸੀਮਾ ਚ ਨਹੀਂ, ਅਕਾਲ ਕਹਿ ਦਿੱਤਾ। ਉਹਦੇ ਗੁਣਾਂ ਰਾਹੀਂ ਉਹਦੀ ਪਹਿਚਾਣ ਹੁੰਦੀ ਹੈ। ਪਰਮੇਸ਼ਰ ਰੂਪ ਨਾਲ ਰੇਖ ਨਾਲ ਰੰਗ ਕੇ ਚਿੱਤੇ ਹਮ ਗੁਣ ਤੇ ਪ੍ਰਭ ਪੇ, ਉਹ ਪਛਾਣ ਕਿਵੇਂ ਹੋਏ? ਪਛਾਣ ਹੋਵੇਗੀ ਗੁਣਾ ਕਰ। ਜਿਹੜੇ ਇਸ ਸੰਸਾਰ ਦੇ ਅੰਦਰ ਜਿੰਨੇ ਚੰਗੇ ਗੁਣ ਵਿਦਮਾਨ ਨੇ, ਇਹ ਪਰਮੇਸ਼ਰ ਜੀ ਦੇ ਗੁਣ ਨੇ, ਮੇਰੇ ਤੇ ਤੁਹਾਡੇ ਨਹੀਂ। ਸਾਡੇ ਤੇ ਸਾਰੇ ਗੁਣ ਜਿਹੜੇ ਨੇ ਉਹਨਾਂ ਦਾ ਆਧਾਰ ਪਰਮੇਸ਼ਰ ਹੈ। ਤੋ ਇੱਕ ਤਾਂ ਨਾਮ ਦੀ ਪਛਾਣ ਹੁੰਦੀ ਹੈ, ਪਰਮੇਸ਼ਰ ਦੀ ਪਛਾਣ ਹੁੰਦੀ ਹੈ ਗੁਣਾ। ਇਹ ਗੁਣ ਆਧਾਰਿਤ ਜਿਹੜੇ ਨਾਮ ਪੈਂਦੇ ਨੇ, ਇਹਨਾਂ ਨੂੰ ਬਾਣੀ ਵਿੱਚ ਕਿਰਤਮ ਨਾਮ ਕਿਹਾ। ਕਿਰਤਮ ਨਾਮ ਅੱਗੇ ਤੇਰੇ ਦੇਵਾ, ਸਤ ਨਾਮ ਤੇਰਾ ਪਰਮ ਹੁੰਦਾ। ਕਿਰਤਮ ਨਾਮ ਸ਼ਬਦ ਕਿਰਤਮ ਦਾ ਮਤਲਬ ਹੈ ਕ੍ਰਿਤਮ, ਕ੍ਰਿਤਮ ਸੰਸਕ੍ਰਿਤ ਦਾ ਸ਼ਬਦ ਹੈ। ਕ੍ਰਿਤਮ ਦਾ ਅਰਥ ਹੈ ਬਨਾਵਟੀ। ਹੁਣ ਤੁਸੀਂ ਕਹੋਗੇ ਨਾਮ ਬਨਾਵਟੀ ਕਿਵੇਂ ਹੋ ਸਕਦਾ ਹੈ? ਹਾਂ, ਨਾਮ ਬਨਾਵਟੀ ਹੁੰਦਾ ਹੈ ਕਿਉਂਕਿ ਨਾਮ ਸਿਰਫ ਪਹਿਚਾਣ ਵਾਸਤੇ ਰੱਖਿਆ ਹੋਇਆ ਹੈ। ਮੇਰਾ ਨਾਮ ਹਰਭਜਨ ਸਿੰਘ ਹੈ, ਪਰੰਤੂ ਇਹ ਨਾਮ ਜੋਗਿੰਦਰ ਸਿੰਘ ਮਾਂ ਕੋਲ ਰੱਖ ਦਿੱਤੀ, ਵਿਅਕਤੀ ਉਹੀ ਰਹਿਣਾ ਸੀ। ਮਦਰਾਸ ਸ਼ਹਿਰ ਦਾ ਨਾਮ ਚੇਨਈ ਹੋ ਗਿਆ, ਕੋਈ ਗਲੀ ਪੁੱਜਾ ਮਹੱਲਾ ਕੁਝ ਨਹੀਂ ਬਦਲਿਆ, ਨਾਮ ਬਦਲ ਦਿੱਤਾ, ਨਾਮ ਬਦਲਿਆ ਜਾ ਸਕਦਾ। ਜਿਹੜਾ ਨਾਮ ਪਰਮੇਸ਼ਰ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਨਾਮ ਗੁਣ ਉਹੀ ਰਹਿਣਗੇ, ਨਾਮ ਬਾਈਬਲ ਵਿੱਚ ਬਦਲ ਜਾਏਗਾ। ਕੁਰਾਨ ਵਿੱਚ ਹੋਰ ਨਾਮ ਆ ਜਾਏਗਾ, ਵੇਦਾਂ ਵਿੱਚ ਹੋਰ ਨਾਮ ਆ ਜਾਏਗਾ, ਗੁਣ ਉਹੀ ਰਹਿਣਗੇ। ਗੁਣਾਂ ਦੇ ਆਧਾਰ ਉੱਤੇ ਜਿਹੜਾ ਪਰਮੇਸ਼ਰ ਜੀ ਦਾ ਨਾਮ ਰੱਖਦੇ ਹਾਂ, ਕਿਉਂਕਿ ਉਹ ਨਾਮ ਅੱਖਰਾਂ ਰਾਹੀਂ ਰੱਖਿਆ ਹੈ, ਇਸ ਕਰਕੇ ਉਹ ਨਾਮ ਬਦਲਨਸ਼ੀਲ ਹੈ, ਇਸ ਕਰਕੇ ਉਹਨੂੰ ਕ੍ਰਿਤਮ ਨਾਮ, ਕਿਰਤਮ ਨਾਮ ਕਿਹਾ ਗਿਆ। ਦੂਜਾ ਨਾਮ ਜਾਪ ਸਾਹਿਬ ਦੀ ਬਾਣੀ ਹੁੰਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਰਤਮ ਨਾਮ ਡੋਮੀਨੇਟ ਕਰਦਾ ਹੈ, ਬਹੁਤ ਹੀ ਵਿਆਖਿਆ ਦਿੰਦੀ ਹੈ। ਉਹ ਕਿਰਤਮ ਨਾਮ ਵੀ ਹੈ ਪਰਮੇਸ਼ਰ ਜੀ ਦੇ ਗੁਣਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਆਖਿਆ। ਇਸ ਕਰਕੇ ਦੁਨੀਆਂ ਦਾ ਕੋਈ ਵੀ ਇਨਸਾਨ ਸਿੱਖ ਬਾਣੀ ਦਾ ਨਾਮ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੈਵੀ ਗੁਣ ਜੀ ਦੇ ਗੁਣ ਗ੍ਰਹਿਣ ਕਰ ਸਕਦਾ ਹੈ, ਗ੍ਰਹਿਣ ਕਰਕੇ ਪੂਜਾ ਹੋ ਸਕਦਾ ਹੈ, ਗੁਰਵਾਨ ਹੋ ਸਕਦਾ ਹੈ, ਸਿੱਖ ਹੋਵੇ ਜਾਂ ਨਾ। ਹੁਣ ਦਸਮ ਗ੍ਰੰਥ ਵੱਲ ਚੱਲੀਏ। ਦਸਮ ਗ੍ਰੰਥ ਦੇ ਸ਼ੁਰੂ ਜੀ ਕਹਿ ਦਿੰਦਾ ਹੈ, ਇਸ ਗ੍ਰੰਥ ਵਿੱਚ ਜੋ ਕੁਝ ਕਹਿਣਾ ਹੈ, ਵਰਣਨ ਕਰਨਾ ਹੈ, ਉਹ ਗੁਰੂ ਜੀ ਨੇ ਪਹਿਲੇ ਛੰਦ ਵਿੱਚ ਦੱਸ ਦਿੱਤਾ। ਤਦ ਸਰਵਨਾਮ ਕਥਾ ਭਵਨ ਕਰਮ ਨਾਮ ਵਰਣਨ ਸਮਾਪਤ। ਮੈਂ ਇਸ ਗ੍ਰੰਥ ਦੇ ਵਿੱਚ ਜਿਹੜੀ ਸੂਝ ਪਰਮੇਸ਼ਰ ਜੀ ਨੇ ਬਖਸ਼ਿਸ਼ ਕੀਤੀ ਹੈ, ਉਸ ਸੁਮੰਦ ਨਾਲ ਚੁਣ ਚੁਣ ਕੇ ਪਾਰਬ੍ਰਹਮ ਪਰਮੇਸ਼ਰ ਜੀ ਦੇ ਹੁਣ ਕਰਮ ਨਾਮ ਕਹਿਣ ਲੱਗਾ। ਕਰਮ ਨਾਮ ਕਿਹੜਾ ਹੈ? ਕਰਮ ਨਾਮ ਹੈ ਜਿਹੜਾ ਦੈਵੀ ਔਕਤਾਂ ਨੂੰ ਨਾਮ ਪੈਂਦਾ, ਡਿਵਾਈਨ ਐਕਸ਼ਨ। ਰੱਬ ਜਿਹੜਾ ਹੈ ਕਿਸੇ ਨਾ ਕਿਸੇ ਵਿਅਕਤੀ, ਕਿਸੇ ਪੈਗੰਬਰ, ਕਿਸੇ ਅਵਤਾਰ ਨੇ ਸੰਸਾਰ ਵਿੱਚ ਪਾਉਂਦਾ ਤੇ ਇਹੋ ਜਿਹਾ ਕੰਮ ਕਰਦਾ ਹੈ ਕਿ ਫਿਰ ਉਹਨਾਂ ਔਕਤਾਂ ਦੇ ਆਧਾਰ ਉੱਤੇ ਉਹਦੇ ਨਾਮ ਪੈ ਜਾਂਦੇ ਨੇ, ਉਹ ਕਰਮ ਨਾਮ ਹੁੰਦਾ ਹੈ।
ਜਿਸ ਤਰ੍ਹਾਂ ਮੁਰ ਰਾਕੇਸ਼ ਨੂੰ ਮਾਰਿਆ ਤੇ ਨਾਮ ਪੈ ਗਿਆ ਮੁਰਾਰੀ, ਮੁਰਾਰੀ ਨਾਮ ਪੈ ਗਿਆ ਮੁਰ ਅਲੀ, ਮੁਰ ਦਾ ਸ਼ਤਰੂ, ਮੁਰ ਰਾਕੇਸ਼ ਨੂੰ ਮਾਰਨ ਵਾਲਾ ਨਾਮ ਪੈ ਗਿਆ ਮੁਰਾਰੀ। ਜਿਹੜਾ ਦਸਮ ਗ੍ਰੰਥ ਹੈ ਇਹਦੇ ਵਿੱਚ ਭਾਵੇਂ ਇਹ ਨਹੀਂ ਕਿ ਪਰਮੇਸ਼ਵਰ ਦੇ ਗੁਣ ਨਾਲ ਹਰ ਕੀਰਤਨ ਨਾਮ ਨਹੀਂ ਹੈ, ਕੀਰਤਨ ਨਾਮ ਹੈ, ਪਰੰਤੂ ਡੋਮੀਨੇਟ ਕਰਨ ਵਾਲਾ ਨਾਮ ਜਿਹੜਾ ਹੈ ਉਹ ਕੀ ਹੈ? ਕਰਮ ਰੱਬ ਜਿਹੜਾ ਹੈ। ਰੱਬ ਦੇ ਦੋ ਸਰੂਪ ਜਿਹਨੂੰ ਅਸੀਂ ਆਪਣੀ ਭਾਸ਼ਾ 'ਚ ਸਰਗੁਣ ਨਿਰਗੁਣ ਕਹਿੰਦੇ, ਪੱਛਮ ਦੀ ਭਾਸ਼ਾ ਵਿੱਚ ਗੋਡ ਇਨ ਹਿਸਟਰੀ, ਗੋਡ ਬਿਯੋਂਡ ਹਿਸਟਰੀ। ਉਹ ਰੱਬ ਜਿਹੜਾ ਇਤਿਹਾਸ ਤੋਂ ਉੱਪਰ ਹੈ, ਸਮੇਂ ਦੀਆਂ ਸੀਮਾਵਾਂ ਤੋਂ ਉੱਪਰ ਰਹਿਣ ਵਾਲਾ ਰੱਬ, ਵਾਹਿਗੁਰੂ ਜਿਹੜਾ ਹੈ, ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਕਿਹਾ, ਉਹ ਅਕਾਲ ਸਰੂਪ ਹੈ। ਦੂਜਾ ਰੱਬ ਦਾ ਸਰੂਪ ਹੈ ਗੋਡ ਇਨ ਹਿਸਟਰੀ, ਸਮੇਂ 'ਚ ਆਉਣ ਵਾਲਾ ਇਤਿਹਾਸ, ਜਿਹੜਾ ਕਦੇ ਮੂਸਾ ਨਹੀਂ ਆਇਆ, ਕਦੇ ਹਜ਼ਰਤ ਮੁਹੰਮਦ ਸਾਹਿਬ ਨਹੀਂ ਆਇਆ, ਕਦੇ ਰਾਮ ਰਾਏ, ਕਦੇ ਕ੍ਰਿਸ਼ਨ ਰਾਏ, ਵੱਖ ਵੱਖ ਰੂਪ ਧਾਰਨ ਕਰਕੇ ਦੈਵੀ ਤੌਰ ਤੱਕ ਪਰਮੇਸ਼ਰ ਜੀ ਨੇ ਵਰਤਾਇਆ। ਕਿਸੇ ਜਾਮੇ 'ਚ ਆਪਣੀ ਸ਼ਕਤੀ ਰੱਖ ਕੇ ਜਿਹੜੇ ਦੈਵੀ ਕੌਤਕ ਪਰਮੇਸ਼ਰ ਜੀ ਨੇ ਕੀਤੇ ਇਸ ਸੰਸਾਰ 'ਚ ਆ ਕੇ, ਉਹਨਾਂ ਦੇ ਉਸ ਰੂਪ ਨੂੰ ਅਸੀਂ ਗੋਡ ਇਨ ਹਿਸਟਰੀ ਕਹਾਂਗੇ। ਜਦੋਂ ਗੋਡ ਇਨ ਹਿਸਟਰੀ ਆਉਂਦਾ ਹੈ, ਫਿਰ ਉਹ ਇੱਥੇ ਆ ਕੇ ਜਿਹੜੇ ਦੈਵੀ ਕਰਮ ਕਰਦਾ, ਜਿਵੇਂ ਕਲਗੀ ਲਗਾਈ ਤੇ ਕਲਗੀ ਘਰ ਹੋ ਗਿਆ, ਬਾਜ ਪੱਠਿਆਂ ਤੇ ਬਾਜਾਂ ਵਾਲੇ ਸਾਹਿਬ ਹੋ ਗਏ, ਨੀਲੇ ਘੋੜੇ ਦੇ ਸਵਾਰ ਹੋਏ ਤੇ ਨੀਲੇ ਘੋੜੇ ਵਾਲੇ ਪਾਤਸ਼ਾਹ ਹੋ ਗਏ, ਉਹ ਜਿਹੜਾ ਸਰੂਪ ਹੁੰਦਾ ਪਰਮੇਸ਼ਰ ਜੀ ਦਾ, ਉਹਦੇ ਤੇ ਜਿਹੜੇ ਨਾਮ ਐਕਸ਼ਨ ਦੇ ਆਧਾਰ ਤੇ, ਕਰਮ ਦੇ ਆਧਾਰ ਤੇ ਪੈਂਦੇ ਨੇ, ਉਹਨਾਂ ਨੂੰ ਕਰਮ ਨਾਮ ਕਹਿੰਦੇ। ਜਿਵੇਂ ਅਕਾਲ ਦੇ ਇੱਕਦਮ ਉਲਟ ਨਾਮ ਹੈ ਕਾਲ, ਕਾਲ ਅਕਾਲ ਦੇ ਉਲਟ ਹੈ, ਪਰੰਤੂ ਰੱਬ ਜਿਸਨੇ ਸਮਾਂ ਸਾਧਿਆ ਹੈ, ਸਮੇਂ ਤੋਂ ਉੱਪਰ ਰਹਿ ਕੇ ਵੀ ਸਮੇਂ ਕੋਈ ਵਰਤ ਰਿਹਾ ਹੈ, ਇਸ ਕਰਕੇ ਉਹਦੇ ਕਾਲ ਸਰੂਪ ਨੂੰ ਕਹੀਏ ਕਿ ਹੋ ਹੀ ਨਹੀਂ ਸਕਦਾ, ਇਹਦੀ ਕੋਈ ਸਮਾਂ ਨਹੀਂ। ਜੇ ਉਹ ਕਾਲ ਹੈ ਤਾਂ ਸਮਾਂ ਵੀ ਸਿਰਜਿਆ ਹੋਇਆ ਹੈ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਅੰਤ ਹੋਸੀ ਵੀ ਸੱਚ, ਸਮਿਆਂ ਵੀ ਸੱਚ, ਜੁਗਾਂ ਵੀ ਸੱਚ, ਉਹਦਾ ਅਕਾਲ ਸਰੂਪ ਵੀ ਹੈ ਅਤੇ ਉਹਦਾ ਕਾਲ ਰੂਪ ਵੀ ਹੈ। ਕਾਲ ਰੂਪ ਵੀ ਉਤਨਾ ਮਹੱਤਵਪੂਰਨ ਹੈ ਜਿੰਨਾ ਅਕਾਲ ਰੂਪ ਹੈ। ਬਾਕੀ ਮੈਂ ਤੇ ਇਹ ਕਹਾਂਗਾ ਕਿ ਇਹ ਸੰਸਾਰ ਨਹੀਂ ਸੀ ਸਿਰਜਿਆ, ਮੈਂ ਉਸ ਰੱਬ ਤੋਂ ਕੀ ਲੈਣਾ ਹੈ, ਮੈਂ ਉਸ ਰੱਬ ਦੇ ਨੇੜੇ ਜਾਣਾ ਚਾਹੁੰਦਾ ਜਿਹੜਾ ਇਸ ਸਮੇਂ ਹੈ। ਪਹਿਲਾਂ ਕੀ ਮੈਨੂੰ ਮੇਰੀ ਹੋਂਦ ਵਿੱਚ, ਮੇਰਾ ਪ੍ਰਾਰਥਨਾ ਤੋਂ ਵੱਧ ਨਹੀਂ, ਮੇਰੀ ਤਾਂ ਉਸ ਰੱਬ ਨਾਲ ਸਾਂਝ ਹੈ ਜਿਹੜਾ ਇਸ ਸਮੇਂ 'ਚ ਵਰਤ ਰਿਹਾ ਹੈ, ਜਿਹੜਾ ਮੇਰੀ ਲਾਈਫ 'ਚ ਮੈਨੂੰ ਆਸਰਾ ਦੇ ਸਕਦਾ ਹੈ, ਮੇਰਾ ਤਾਂ ਬਹੁਤਾ ਵਾਸਤਾ ਉਸ ਰੱਬ ਨਾਲ ਹੈ। ਤੋ ਸਮੇਂ ਵਿੱਚ ਵਰਤਦੇ ਰੱਬ ਤੋਂ ਬੇਵਕੂਫ ਹੋ ਕੇ ਇਹ ਕਹਿਣਾ ਕਿ ਮਹਾਕਾਲ ਤਾਂ ਸ਼ਿਵ ਜੀ ਹੈ, ਸ੍ਰੀ ਮੂਰਤਾ ਹੈ। ਮਹਾਕਾਲ ਕੀ ਹੈ? ਕਾਲ ਕਾਲੇ ਨਮੋ ਕਾਲ ਕਾਲੇ ਜਾਤ ਨਾਮ ਕਹਿੰਦੇ ਹਨ, ਸਭ ਕਾਲੇ ਕਾਲ ਕਾਲੇ ਹੀ ਮਹਾਕਾਲੇ ਹੈ। ਰਾਜਾ ਦਾ ਰਾਜਾ ਮਹਾਰਾਜਾ ਹੋ ਜਾਂਦਾ ਹੈ, ਇਸੇ ਤਰ੍ਹਾਂ ਕਾਲਾਂ ਕਾਲ ਜਿਹੜਾ ਹੈ ਉਹ ਮਹਾਕਾਲ ਹੈ, ਮਹਾਕਾਲ ਸ਼ਿਵ ਜੀ ਨਹੀਂ ਹੈ। ਇਸ ਤਰ੍ਹਾਂ ਤਾਂ ਅੱਲਾ ਇੱਕ ਮੂਰਤੀ ਦਾ ਨਾਮ ਹੈ, ਜਿਹੜੀਆਂ 360 ਮੂਰਤੀਆਂ ਮੱਕਾ ਵਿੱਚ ਸਥਾਪਿਤ ਸਨ, ਉਹਨਾਂ ਚੋਂ ਪ੍ਰਮੁੱਖ ਦੇਵ ਅੱਲਾ ਤਾਂ ਅੱਲਾ ਬੜਾ ਨਾਮ ਸੀ। ਪਰੰਤੂ ਅੱਜ ਅੱਲਾ ਜੜ ਪੱਥਰ ਨਹੀਂ ਹੈ, ਅੱਲਾ ਤਾਂ ਉਹ ਹੈ ਜਿਹੜਾ ਇਸਲਾਮ ਨੇ ਅਰਜ਼ ਕਰ ਦਿੱਤੀ, ਮਹਾਕਾਲ ਤਾਂ ਉਹ ਹੈ ਦਸਮ ਗ੍ਰੰਥ ਵਿੱਚ ਜਿਹੜੇ ਅਸੀਂ ਅਰਜ਼ ਕਰਦੇ, ਅਤੇ ਸਾਡਾ ਮਹਾਕਾਲ ਜਿਹੜਾ ਹੈ ਉਹ ਬ੍ਰਹਮ ਵਾਲਾ ਮਹਾਕਾਲ ਨਹੀਂ ਹੈ, ਦਰਅਸਲ ਬ੍ਰਹਮ ਦਾ ਮਹਾਕਾਲ ਹੈ ਹੀ ਨਹੀਂ। ਮੇਰੇ ਜਿਹੜੇ ਭਰਾ ਦਸਮ ਗ੍ਰੰਥ ਦੇ ਕਿੰਤੂ ਕਰਦੇ ਨੇ, ਮੈਨੂੰ ਉਹਨਾਂ ਦੀ ਅਕਲ 'ਤੇ ਅਫਸੋਸ ਹੈ ਕਿ ਅਜੇ ਤੱਕ ਇੱਕ ਵਿਦਵਾਨ ਵੀ ਇਹ ਸਪਸ਼ਟ ਨਹੀਂ ਕਿ ਦਸਮ ਗ੍ਰੰਥ ਦੇ ਰਾਹੀਂ ਜੇ ਸਾਡੇ ਧਰਮ ਵਿੱਚ ਕੋਈ ਮਿਲਾਵਟ ਕਰਨੀ ਚਾਹੁੰਦਾ ਸੀ ਉਹ ਕੌਣ ਹੈ, ਬ੍ਰਹਮ ਸੀ ਜਾਂ ਤਾਂਤਰਿਕ ਸਨ? ਕਿਉਂਕਿ ਤਾਂਤਰਿਕ ਮੰਤਰ ਅਤੇ ਬ੍ਰਾਹਮਣਵਾਦ ਇਹ ਬਿਲਕੁਲ ਇੱਕ ਦੂਜੇ ਦੇ ਕਿਸੇ ਸਮੇਂ ਵੈਰੀ ਸਨ। ਸ਼ਿਵਜੀ ਵੈਦਿਕ ਧਰਮ ਦਾ ਦੇਵਤਾ ਨਹੀਂ, ਸ਼ਿਵ ਜੀ ਦਾ ਦੇਵਤਾ ਹੈ ਤਾਂਤਰਿਕ ਲੋਕਾਂ ਦਾ, ਆਰੀਆ ਲੋਕਾਂ ਦਾ ਦੇਵਤਾ ਹੈ। ਜਿਹੜਾ ਦੇਵਤਾ ਆਰੀਆ ਦਾ ਸੀ ਉਹ ਵੀ ਵਿਸ਼ਨੂੰ ਭਗਵਾਨ ਸੀ। ਵਿਸ਼ਨੂੰ ਤੇ ਸ਼ਿਵ ਜੀ ਦੀ ਪੂਜਾ ਦਾ ਝਗੜਾ ਜਿਹੜਾ ਹੈ ਇਹ ਹਰਨਾਕਸ਼ਪ, ਜਿਹਨੂੰ ਹਰਨਾਕਸ਼ ਕਹਿੰਦੇ ਆ, ਤੇ ਪ੍ਰਹਿਲਾਦ ਦਾ ਝਗੜਾ ਸਿਰਫ ਇਹ ਹੈ, ਹਰਨਾਕਸ਼ ਕਹਿੰਦੇ ਸ਼ਿਵ ਜੀ ਦਾ ਨਾਮ ਜਪਿਆ ਜਾਏਗਾ, ਤੇ ਪ੍ਰਹਿਲਾਦ ਕਹਿੰਦਾ ਕਿ ਨਹੀਂ ਵਿਸ਼ਨੂੰ ਦਾ ਨਾਮ ਮੈਨੂੰ ਜਪਦਾ ਤਾਂ ਕਿ ਬਗੈਰ ਪਰਮੇਸ਼ਰ ਦੇ ਨਾਮ ਤਾਂ ਕਹੀ ਉਸ। ਸੋ ਮੈਂ ਇਹ ਨਿਵੇਦਨ ਕਰ ਰਿਹਾ ਸਾਂ
ਕਿ ਜਿਹੜਾ ਅਕਾਲ ਨਾਮ ਹੈ ਕਿਤੇ ਕਿਤੇ ਉਹਦੇ ਉਲਟ ਲੱਗਦੇ ਸਨ ਕਾਲ ਨਾਮ, ਪਰੰਤੂ ਰੱਬ ਜਿਹੜਾ ਹੈ ਸਮਿਆਂ ਦੀ ਵਸਦਾ ਹੈ ਤੇ ਸਮਿਆਂ 'ਚ ਵਸ ਕੇ ਵੀ ਸਮਿਆਂ ਤੋਂ ਉੱਪਰ ਹੈ, ਇਸ ਕਰਕੇ ਉਹ ਕਾਲ ਵੀ ਹੈ ਤੇ ਅਕਾਲ ਵੀ ਹੈ। ਬਾਕੀ ਤੁਸੀਂ ਦੇਖੋ ਜਾ ਸਕਦੇ ਨਾ ਉਹ ਨਿਰਭਰ ਆਏ ਨੇ ਕਰੂਰ ਕਰਨੇ ਉਸ ਨਾਰਾਇਣ ਨੂੰ ਨਮਸਕਾਰ ਹੈ ਜਿਸ ਦੇ ਕਾਰਨ ਸੰਸਾਰ ਵਿੱਚ ਮੰਦੇ ਕਰਮ ਵੀ ਹੁੰਦੇ ਨੇ, ਕਰੂਰ ਕਰਮ। ਉਸ ਨਾਰਾਇਣ ਨੂੰ ਨਮਸਕਾਰ ਹੈ ਪਰਮੇਸ਼ਰ ਜੀ ਨੂੰ ਜਿਹੜਾ ਕਿ ਅੰਧੇਰਿਆਂ ਦਾ ਸਵਾਮੀ ਨਹੀਂ ਹੈ, ਜਾਣਨ ਦਾ ਸਵਾਮੀ ਤੇ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਉਹ ਅੰਧਕਾਰ ਦਾ ਸਵਾਮੀ ਨਹੀਂ ਹੈ, ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਤੇ ਕੇਵਲ ਗੁਣਾਂ ਦੀ ਗੱਲ ਹੈ, ਗੁਣ ਉਹਦਾ ਚਾਨਣ ਹੈ, ਪਰੰਤੂ ਸੰਸਾਰ ਦੀ ਖੇਡ ਵਿੱਚ ਅੰਧੇਰਾ ਤੇ ਚਾਨਣ ਦੋਵੇਂ ਉਹਦੇ ਨੇ। ਇਸ ਕਰਕੇ ਨਵੋਂ ਅੰਨ ਤਾਰੇ ਨਵੋਂ ਤੇਜ ਤੇ, ਹੁਣ ਇਹ ਨਵੋਂ ਅੰਨ ਤਾਰੇ ਜੇ ਅਸੀਂ ਉਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੱਭਣਾ ਚਾਹਵਾਂਗੇ ਨਹੀਂ ਲੱਭੇਗਾ। ਤੇ ਜੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੈਰਾਂ ਵਿੱਚ ਲਾ ਕੇ ਦਸਮ ਗ੍ਰੰਥ ਨੂੰ ਪਰਖਣਾ ਚਾਹੇਗਾ ਤਾਂ ਉਹ ਸੂਝਵਾਨ ਸਿੱਖੀ ਹੈ, ਬੁੱਧੀਮਾਨ ਨਹੀਂ ਹੈ। ਕਿਉਂਕਿ ਜੇਕਰ ਦਸਮ ਗ੍ਰੰਥ ਦੀ ਬਾਣੀ ਹੋਊ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਬਾਣੀ ਹੁੰਦੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਇਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੜਾ ਜਾਂਦੇ। ਸੰਤਿ ਦਾ ਕੰਮ ਤੋਂ ਵੱਖਰਾ ਹੈ, ਇਹ ਕਰਮ ਨਾਮ ਦੀ ਬਾਣੀ ਹੈ ਜਿਹੜੀ ਅਧਿਆਤਮਿਕ ਮੁਕਤੀ ਹੈ। ਇਹ ਤਾਂ ਕਿਰਤਮ ਨਾਮ ਨਾਲ ਹੋ ਜਾਏ, ਬੰਦਾ ਗੁਣਵਾਨ ਹੋ ਜਾਏਗਾ, ਪਰਮੇਸ਼ਰ ਜੀ ਤੱਕ ਪਹੁੰਚ ਜਾਏਗਾ, ਸੰਤ ਤੇ ਬਣ ਜਾਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਪਰੰਤੂ ਜਿਹੜਾ ਕਰਮਸ਼ੀਲ ਯੋਧਾ ਸਿਪਾਹੀ ਸਰੂਪ ਉਹ ਇਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਨਿਕਲੇਗਾ। ਜਿਹਨਾਂ ਨੇ ਇਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲਿਆ ਹੈ ਉਹ ਵੀਰ ਸਹਿ ਧਾਰੀ ਸਹਿ ਧਾਰੀ ਪਵਾਦੇ ਪਵਾਦੇ ਹੌਲੀ ਹੌਲੀ ਗੁਰੂ ਘਰ ਨੂੰ ਟੁੱਟ ਕੇ ਫਿਰ ਉਹ ਮੰਦਰਾਂ ਵਿੱਚ ਹੋਰ ਪਾਸੇ ਚਲੇ ਗਏ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਦਸਮ ਗ੍ਰੰਥ ਦੀ ਬਾਣੀ ਵੀ ਪੜ੍ਹਦੇ ਸਨ ਉਹਨਾਂ ਨੇ ਤਾਂ ਸੰਗਠਨਾਤਮਕ ਚੇਤਨਾ ਲਿਆਉਣ ਵਾਲਾ ਕਰਮ ਨਾਮ ਹੈ, ਸੰਗਠਨ ਨੂੰ ਮਜ਼ਬੂਤ ਕਰਨ ਵਾਲਾ ਕਰਮ ਨਾਮ, ਯੋਧਾ ਬਣਾਉਣ ਵਾਲਾ ਕਰਮ ਨਾਮ ਹੈ। ਕਰਮ ਨਾਮ ਨੂੰ ਰਿਜੈਕਟ ਕਰਕੇ ਅਸੀਂ ਸੰਤਾਂ ਬਣ ਸਕਦੇ ਹਾਂ, ਸੰਤ ਸਿਪਾਹੀ ਬਣ ਸਕਦੇ। ਦਸਮ ਗ੍ਰੰਥ ਸਿਪਾਹੀ ਬਣਾਉਂਦਾ ਹੈ ਸਾਨੂੰ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸੰਤ ਬਣਾਉਂਦੇ ਤਾਂ ਸੰਤ ਸਿਪਾਹੀ ਦਾ ਸੰਪੂਰਨ ਜਿਹੜਾ ਵਜੂਦ ਹੈ ਇਹਨਾਂ ਦੋ ਗ੍ਰੰਥਾਂ ਤੋਂ ਬਿਨਾਂ ਸੰਭਵ ਨਹੀਂ। ਰਾਮ ਦੇ ਜਾਮੇ ਵਿੱਚ ਕਿਹੜਾ ਕੌਤਕ ਵਰਤਾਇਆ? ਇਹ ਰਾਮਾਵਤਾਰ ਚੱਲ। ਕ੍ਰਿਸ਼ਨ ਦੇ ਜਾਮੇ ਵਿੱਚ ਕਿਹੜੇ ਕੌਤਕ ਵਰਤਾਇਆ? ਉਹ ਕ੍ਰਿਸ਼ਨ ਅਵਤਾਰ ਬ੍ਰਾਹਮਣਵਾਦ ਦੀ ਬਾਣੀ ਗੱਲ ਬੋਲੀ ਗਈ, ਕਿਉਂਕਿ ਗੁਰੂ ਸਾਹਿਬ ਤਾਂ ਅਵਤਾਰਵਾਦ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦੇ ਨੇ ਕਿ ਅਵਤਾਰ ਤੇ ਮੇਰਾ ਕੋਈ ਯਕੀਨ ਕੋਈ ਦੇਖਦਾ ਨਹੀਂ ਹੈ, ਔਰ ਇਸ ਬਾਣੀ ਦਾ ਉਦੇਸ਼ ਸਪਸ਼ਟ ਕਰ ਦਿੰਦੇ ਨੇ ਔਰ ਵਾਸਨਾ ਨਾ ਹੈ ਉਹਦੇ ਧਰਮ ਯੁੱਗ ਤੇ ਜਾਏ। ਧਰਮ ਯੁੱਗ ਦਾ ਚਾਓ ਪੈਦਾ ਕਰਨ ਵਾਸਤੇ ਇਹ ਬਾਣੀ ਜਿਹੜੀ ਹੈ ਇਹਦੀ ਰਚਨਾ ਕੀਤੀ ਹੈ। ਆਤਮਿਕ ਕਲਿਆਣ ਜਿਹੜੀ ਹੈ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਿਕਲ ਆ ਰਹੀ, ਪਰੰਤੂ ਸਿੱਖੀ ਦਾ ਜਿਹੜਾ ਸਰੂਪ ਹੈ, ਸੰਗਠਨ ਦੀ ਚੇਤਨਾ ਹੈ ਉਹ ਦਸਮ ਗ੍ਰੰਥ 'ਚੋਂ ਨਿਕਲੀ। ਜਪ ਜਿਹੜਾ ਹੈ ਤੇ ਜਾਪ ਸੁਭਾਅ ਚ ਅੰਤਰ ਹੈ। ਦਸਮ ਗ੍ਰੰਥ ਦੀ ਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੁਭਾਅ 'ਚ ਮਿਲਦਾ ਹੈ, ਦੋਵਾਂ ਨੂੰ ਮਿਲਾ ਕੇ ਇੱਕੋ ਜਿਹੇ ਪੈਰਾਮੀਟਰ 'ਤੇ ਨਹੀਂ ਦੇਖ ਸਕਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਗ ਹੈ, ਰਾਗ ਬੰਦੇ ਨੂੰ ਸ਼ਾਂਤੀ ਦਿੰਦਾ ਹੈ, ਸੰਤ ਬਣਾਉਂਦਾ ਹੈ। ਦਸਮ ਗ੍ਰੰਥ ਵਿੱਚ ਰਾਗ ਬਹੁਤ ਘੱਟ ਹੈ, ਛੰਦ ਹਨ ਤੇ ਛੰਦ ਵੀ ਉਹ ਜਿਹੜੇ ਯੋਧਿਆਂ ਦੇ ਕੰਮ ਵਾਲੇ ਨੇ, ਸਵਾਈਆਂ ਜਿਹੜੇ ਨੇ ਜੇ ਕੋਈ ਸਵਾਈਆਂ ਦਾ ਕੀਰਤਨ ਕਰੇਗਾ ਸਵਾਈਆਂ ਦਾ ਸਵਾਦ ਨਹੀਂ ਆਏਗਾ ਪੂਰਾ, ਸਵਾਈਆਂ ਦਾ ਪਾਠ ਸਵਾਈਆਂ ਦੀ ਚਾਲ ਵਿੱਚ ਕੀਤਾ ਜਾਵੇਗਾ। ਇਸ ਕਰਕੇ ਇਹਨਾਂ 'ਚ ਰਾਗ ਨਹੀਂ ਚੜਿਆ ਹੋਇਆ, ਰਾਗ ਜਾਣ ਵਾਸਤੇ ਨਹੀਂ, ਸਵਈਆ ਸਵਈਆ ਮੰਨਣ ਵਾਸਤੇ, ਸਵਈਆ ਪਾਠ ਕਰਨ ਵਾਸਤੇ। ਸਵਈਏ ਦੀ ਚਾਲ ਜਿਹੜੀ ਹੈ ਬੰਦੇ ਨੂੰ ਜੋਸ਼ੀ ਦਾ ਕਰਦੀ। ਦਸਮ ਗ੍ਰੰਥ ਦਾ ਸਾਰਾ ਛੰਦ ਜਿਹੜਾ ਹੈ ਇਹ ਬੰਦੇ ਨੂੰ ਰਾਗ ਬੰਦੇ ਨੂੰ ਸ਼ਾਂਤ ਕਰ ਦਿੰਦਾ ਹੈ ਤੇ ਕਦੇ ਕਦੇ ਅੱਖਾਂ ਵੀ ਚੱਲੀ ਮਜ਼ਬੂਤ ਕਰ ਦਿੰਦਾ, ਪਰੰਤੂ ਦਸਮ ਗ੍ਰੰਥ ਦਾ ਜਦੋਂ ਛੰਦ ਅੱਗੇ ਜਪਜੀ ਤੋਂ ਪੜ੍ਹਿਆ ਜਾਂਦਾ ਨਾ ਜਾਪ ਸਾਰ, ਉਹ ਬੰਦੇ ਨੂੰ ਸੁਚੇਤ ਰੱਖਦਾ ਹੈ ਕਿ ਤੂੰ ਕਿਸੇ ਧਿਆਨ ਸਮਾਧੀ ਵਿੱਚ ਐਸਾ ਨਾ ਡੁੱਬ ਜਾਵੀਂ ਕਿ ਭੁੱਲ ਜਾਵੇ ਤੇ ਦੁਨੀਆਂ ਦੇ ਵਿੱਚ ਨਿਆਂ ਦੀ ਬਹਾਲੀ ਵਾਸਤੇ ਦੇਵ ਦੇ ਤੇਗ ਦੀ ਫਤਿਹ ਵਾਸਤੇ ਜਿਹੜਾ ਤੂੰ ਸੰਘਰਸ਼ ਕਰਨਾ ਹੈ ਛੱਤਰੀ ਰੂਪ ਧਾਰਨ ਕਰਦੇ, ਕਿਤੇ ਉਹ ਤੂੰ ਆਪਣਾ ਉਦੇਸ਼ ਭੁੱਲ ਨਾ ਜਾਵੇਂ, ਇਸ ਕਰਕੇ ਜਾਪ ਸਾਹਿਬ ਸੁਚੇਤ ਕਰਦਾ। ਜਪਜੀ ਸਾਹਿਬ ਗੰਭੀਰਤਾ ਲਿਆਉਂਦਾ ਹੈ
ਕਿ ਜਾਪ ਸਾਹਿਬ ਉਸ ਗੰਭੀਰਤਾ ਵਿੱਚ ਹਰ ਨੂੰ ਬੰਦੇ ਦੇ ਨੂੰ ਸੁਚੇਤ ਰੱਖਦਾ। ਇਸ ਕਰਕੇ ਦੋਵੇਂ ਬਾਣੀਆਂ ਪੜ੍ਹੇ ਬਿਨਾਂ ਅੰਮ੍ਰਿਤਧਾਰੀ ਸਿੱਖ ਨਹੀਂ ਹੋ ਸਕਦਾ, ਅੰਮ੍ਰਿਤ ਦੇ ਲਕਸ਼ ਨੂੰ ਪ੍ਰਾਪਤ ਨਹੀਂ ਕਰ ਸਕਦਾ। ਦੋਵੇਂ ਬਾਣੀਆਂ ਪੜ੍ਹਨੀਆਂ ਪੈਣ, ਜਪ ਵੀ ਪੜ੍ਹਨਾ ਪਏਗਾ, ਜਾਪ ਵੀ ਪੜ੍ਹਨਾ ਪਏਗਾ। ਜਿਨ੍ਹਾਂ ਨੇ ਜਪਜੀ ਦੇ ਜਾਪ ਪੜ੍ਹਿਆ ਹੈ, ਗੁਰੂ ਦੇ ਅੰਮ੍ਰਿਤਧਾਰੀ ਸਿੱਖ ਹੋਏ ਨਹੀਂ। ਬਹੁਤ ਸਾਰੇ ਲੋਕ ਜਪਜੀ ਪੜ੍ਹਦੇ ਰਹੇ ਨੇ, ਸੁਖਮਣੀ ਪੜ੍ਹਦੇ ਰਹੇ ਨੇ, ਹੋਰ ਬਾਣੀਆਂ ਪੜ੍ਹਦੇ ਰਹੇ ਨੇ, ਪਰੰਤੂ ਜਾਪ ਤੋਂ ਟੁੱਟੇ ਸਨ, ਚੜੀ ਦੀ ਵਾਰ ਤੋਂ ਟੁੱਟੇ ਸਨ, ਦਸਮ ਗ੍ਰੰਥ ਦੀ ਬਾਣੀ ਨਾਲ ਟੁੱਟੇ ਸਨ। ਇਸ ਕਰਕੇ ਹੌਲੀ ਹੌਲੀ ਗੁਰੂ ਨਾਲ ਹੀ ਪੜ੍ਹਦੇ। ਔਰ ਉਹ ਲੋਕ ਜਿਹੜੇ ਹੁਣ ਸਿੱਖ ਦੇ ਸਿੱਖੀ ਸਰੂਪ ਵਿੱਚ ਹੋ ਕੇ ਦਸਮ ਗ੍ਰੰਥ ਦੀ ਬਾਣੀ ਦਾ ਵਿਰੋਧ ਕਰ ਰਹੇ ਨੇ, ਨਿਸ਼ਚਿਤ ਤੌਰ ਤੇ ਅੱਜ ਨਹੀਂ ਕੱਲ ਉਹ ਗੁਰੂ ਘਰ ਨਾਲ ਪੁੱਟਿਆ ਤੇ ਉਹਦੀ ਬੱਚੇ ਪੁੱਟਿਆ, ਕਿਉਂਕਿ ਗੁਰੂ ਸੰਪੂਰਨ ਸਿੱਖੀ ਦੋਵਾਂ ਗ੍ਰੰਥਾਂ ਦੀ ਬਾਣੀ ਵਿੱਚੋਂ ਨਿਕਲ ਗਈ। ਹੁਣ ਸਮੱਸਿਆ ਇਹ ਆਈ ਕਿ ਬਈ ਦਸਮ ਗ੍ਰੰਥ ਵਿੱਚ ਅਸੀਂ ਮੰਨ ਲਿਆ, ਮੈਂ ਇੱਕ ਪਹਿਲਾਂ ਦਾ ਸਿਸਟਮ ਦੱਸਿਆ ਦਸਮ ਗ੍ਰੰਥ ਵਿੱਚ ਕਿਹੜੀ ਚੀਜ਼ ਹੈ। ਜਾਪ ਸਾਹਿਬ ਤੋਂ ਬਾਅਦ ਅਕਾਲ ਉਸਤਤ ਹੈ, ਰੱਬ ਦੀ ਮਹਿਮਾ। ਜਿਹੜਾ ਬੰਦਾ ਰੱਬ ਦੀ ਮਹਿਮਾ ਕਰਦਾ ਹੈ, ਉਹ ਰੱਬ ਦੀ ਮਹਿਮਾ ਕਰਨ ਵਾਲੇ ਬੰਦੇ ਨੂੰ ਜਿਹੜਾ ਨਾਮ ਦਾ ਵਿਰੋਧੀ ਕਾਮੀ ਇਨਸਾਨ ਹੈ ਉਹ ਜ਼ਰੂਰ ਸਤਾਇਆ, ਉਹ ਤੰਗ ਕਰੇ। ਉਸ ਉਹ ਜਿਹੜਾ ਸੰਘਰਸ਼ ਹੈ ਨਾਮੀ ਵਿੱਚ ਤੇ ਕਾਮੀ ਵਿੱਚ, ਨਾਮ ਜਪਣ ਵਾਲੇ ਵਿੱਚ, ਕਾਮ ਵਿੱਚ ਕੇਂਦਰ 'ਚ ਬੰਦਾ ਜਿਹੜਾ ਹੈ, ਉਹਦੇ ਵਿੱਚ ਹਰ ਹਾਲ ਸੰਘਰਸ਼ ਹੋਣਾ ਹੈ। ਉਹ ਸੰਘਰਸ਼ ਦੀ ਆਰੰਭਤਾ ਜਿਹੜੀ ਹੈ ਵਿਚਿੱਤਰ ਨਾਟਕ ਦੀ ਹੈ। ਵਿਚਿੱਤਰ ਨਾਟਕ ਕੀ ਹੈ? ਸੰਸਾਰ ਇੱਕ ਅਜੀਬ ਤਮਾਸ਼ਾ ਹੈ, ਅਜੀਬ ਤਮਾਸ਼ਾ। ਇਹਦੇ 'ਚ ਦੋ ਟੀਮਾਂ ਉਤਰੀਆਂ ਹੋਈਆਂ ਨੇ, ਇੱਕ ਨਾਮ ਦੀ ਉਤਰੀ, ਇੱਕ ਕਾਮ ਦੀ ਉਤਰੀ ਹੈ। ਇਹਨਾਂ 'ਚ ਆਪਸ ਦਾ ਜਿਹੜਾ ਸੰਘਰਸ਼ ਹੈ ਇਹ ਸੰਸਾਰ ਦੀ ਖੇਡ। ਇਸ ਕਰਕੇ ਸੰਸਾਰ ਨੂੰ ਇੱਕ ਖੇਡ ਲਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ 'ਚ ਵਾਰ ਵਾਰ, ਜਦ ਨਾਨਕੀ ਖੇਡ ਕਠਿਨ ਹੈ ਇਹਨੂੰ ਗੁਰਮੁਖ ਜਾਣਾ ਪਾ ਰਹੇ, ਕਹਿੰਦੀ ਹੈ ਵੀ ਸੰਸਾਰ ਇੱਕ ਖੇਡ ਹੈ, ਲੜਾਈ ਝਗੜਾ ਵੀ ਜਿਹੜਾ ਦੇ ਇਹ ਵੀ ਖੇਡ ਦਾ ਹਿੱਸਾ ਹੈ। ਦੋ ਟੀਮਾਂ ਨਿਰੰਤਰ ਸੰਘਰਸ਼ ਕਰਦੀਆਂ ਨੇ, ਇਹਦੇ 'ਚ ਇੱਕ ਨਾਮ ਵੀ ਹੈ, ਇੱਕ ਕਾਮ ਵੀ। ਹੁਣ ਨਾਮ ਦੇ ਪੱਖ ਵਿੱਚ ਰਾਮ ਸੰਘਰਸ਼ ਕਰਦਾ, ਪੈਗੰਬਰ ਕਰਦਾ, ਅਵਤਾਰ ਕਰਦਾ, ਕ੍ਰਿਸ਼ਨ ਕਰਦਾ ਹੈ। ਨਾਲ ਕੀ ਹੈ ਕਿ ਚੰਗੀ ਕ੍ਰਿਸ਼ਨ ਰੱਖ ਦਿੱਤੇ ਨੇ ਕਿ ਨਾਮ ਦੇ ਹੱਕ ਵਿੱਚ ਸੰਘਰਸ਼ ਕਰਨ ਵਾਸਤੇ ਜਿਤਨੀ ਪੁਰਖ ਦੇ ਸੰਘਰਸ਼ ਦੀ ਲੋੜ ਹੈ ਉਤਨੀ ਜਦੋਂ ਤੱਕ ਇਸਤਰੀ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਨਹੀਂ ਪਾਉਂਦੀ, ਤਦੋਂ ਤੱਕ ਧਰਮ ਦੇ ਲਕਸ਼ ਪ੍ਰਾਪਤ ਨਹੀਂ ਹੁੰਦੇ ਜਾ ਸਕਦੇ। ਗੁਰੂ ਸਾਹਿਬ ਦਾ ਦੁਰਗਾ ਦੇ ਸਰੂਪਾਂ ਨੂੰ, ਦੁਰਗਾ ਦੇ ਯੁੱਧਾਂ ਨੂੰ ਚੰਗੀ ਚਰਿੱਤਰ ਰਾਹੀਂ ਪ੍ਰਗਟ ਕਰਨਾ, ਉਹਦਾ ਭਾਵ ਇਹ ਹੈ ਕਿ ਇਸਤਰੀ ਵੀ ਇਸ ਸੰਘਰਸ਼ ਵਿੱਚ ਜਦੋਂ ਤੱਕ ਬਰਾਬਰੀ ਦੀ ਭਾਈਵਾਲੀ ਨਹੀਂ ਨਿਭਾਉਂਦੀ, ਤਦੋਂ ਤੱਕ ਸਮਾਜ ਸਮੁੱਚਿਤ ਕਲਿਆਣ ਦੇਸ਼ ਦੇ ਸੰਘਰਸ਼ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸ ਕਰਕੇ ਉਹਦੇ ਸਹਿਯੋਗ ਨੂੰ ਉਭਾਰਨ ਵਾਸਤੇ ਚੰਗੀ ਚਰਿੱਤਰ ਰੱਖੀ। ਜਦੋਂ ਇਹ ਸਮੁੱਚੀ ਮਨੁੱਖਤਾ, ਸਮੁੱਚੀ ਮਨੁੱਖਤਾ ਮਤਲਬ ਇਸਤਰੀ ਤੇ ਪੁਰਸ਼, ਤੇ ਸਮੁੱਚੀ ਮਨੁੱਖਤਾ ਵਿੱਚੋਂ ਨਾਮੀਆਂ ਦਾ ਜਿਹੜਾ ਨਾਮ ਜਪਣ ਵਾਲਿਆਂ ਦਾ ਇੱਕ ਸਮੂਹ ਹੈ, ਜਦੋਂ ਉਹ ਸੰਘਰਸ਼ ਕਰੇਗਾ, ਉਸ ਸੰਘਰਸ਼ੋਂ ਕੀ ਨਿਕਲਣਾ? ਸੱਤਾ, ਰਾਜ ਸ਼ਕਤੀ ਨਿਕਲੇਗੀ। ਜਦੋਂ ਰਾਜ ਸ਼ਕਤੀ ਨਿਕਲੇਗੀ ਤਾਂ ਹੁਣ ਕਾਮ ਅਨੇਕਾਂ ਰੂਪਾਂ ਵਿੱਚ ਹਾਜ਼ਰ ਕਰੇਗਾ, ਇੱਕ ਰੂਪ ਵਿੱਚ ਨਹੀਂ, ਅਨੇਕਾਂ ਰੂਪਾਂ, ਅਨੇਕਾਂ ਸ਼ਰਯੰਤਰ ਕਰਕੇ ਧਨ ਤੇ ਕਾਮ ਜਿਹੜਾ ਹੈ ਉਹ ਬੰਦੇ ਦੇ ਉਹੀ ਧਰਮੀ ਆਦਮੀ ਜਿਹੜਾ ਪਹਿਲਾਂ ਸੰਘਰਸ਼ ਕਰਦਾ ਰਿਹਾ ਹੈ ਉਹਦੇ ਉੱਤੇ ਕਾਮ ਨੇ ਹਮਲਾ ਕਰਨਾ, ਉਹਦੇ ਉੱਤੇ ਧਨ ਹਮਲਾ ਕਰਨਾ। ਇਹ ਸਾਰਾ ਧਨ ਕੰਮ, ਕਾਮ ਤੇ ਰਾਜ ਸੱਤਾ ਦਾ ਜਿਹੜਾ ਪੋਲਿਊਟ ਕੀਤਾ ਹੋਇਆ ਵਾਤਾਵਰਨ ਹੈ, ਦੂਸ਼ਿਤ ਕੀਤਾ ਹੋਇਆ ਵਾਤਾਵਰਨ ਹੈ, ਉਹ ਕ੍ਰਿਆ ਚਿੰਤਰਾਂ ਵਿੱਚ ਹੈ। ਮੈਂ ਜਦੋਂ ਦਸਮ ਗ੍ਰੰਥ ਤੇ ਚਰਚਾ ਚੱਲੀ ਹੈ ਉਸ ਵੇਲੇ ਫਿਰ ਸਾਰਾ ਖਾਸ ਕਰਕੇ ਇਹ ਜਿਹੜੇ ਕ੍ਰਿਆ ਚਿੰਤਨ ਨੇ ਇਹਨਾਂ ਸਾਰਿਆਂ ਦਾ ਪਾਠ ਅੱਠ ਸਾਹਿਬ ਰੱਖ ਕੇ ਤਾਂ ਕਿ ਕੋਈ ਸ਼ੰਕਾ ਨਾ ਰਹਿ ਜਾਏ ਕਿ ਸਾਰੇ ਧਿਆਨ ਨਾਲ ਪੜ੍ਹੇ। ਮੈਨੂੰ ਕਿਹੜੀ ਜਿਹੜੀ ਚੀਜ਼ ਲੱਗੀ ਹੈ ਉਹ ਇਹ ਕਿ ਰਾਜੇ ਦੇ ਘਰਾਂ ਵਿੱਚ ਦੁਰਾਚਾਰ ਕਿਉਂ ਹੁੰਦਾ? ਕਿਉਂਕਿ ਬੜੀਆਂ ਪਤਨੀਆਂ ਰੱਖਦੀਆਂ, ਬਹੁਤ ਪਤਨੀਆਂ ਰੱਖਦੇ ਨੇ, ਬਹੁਤੇ ਵਿਆਹ ਕਰਾਉਂਦੇ ਨੇ, ਇਸ ਕਰਕੇ ਦੁਰਾਚਾਰ ਫੈਲਦਾ। ਮੈਂ ਇੱਕ ਸੰਦੇਸ਼ ਤਾਂ ਕੀ ਹੈ ਜਿਹੜਾ ਦਾ, ਦੂਜਾ ਇਹ ਨੇ ਕਿ ਧਨ ਅਤੇ ਕਾਮ ਇਹਨਾਂ ਦਾ ਸੁਣ ਤੇ ਕਾਮ ਜਿਹੜਾ ਹੈ ਉਹ ਬਹੁਤ ਤਰੀਕਿਆਂ ਨਾਲ ਬੰਦੇ ਉੱਤੇ ਹਮਲਾ ਕਰੇ। ਬੰਦੇ ਨੇ ਅਨੇਕਾਂ ਤਰੀਕਿਆਂ ਨਾਲ ਆਪਣੇ ਮਨ ਨੂੰ ਸੁਚੇਤ ਕਰਨਾ ਕਿ ਕਾਮ ਇਸ ਰੂਪ ਵਿੱਚ ਹਮਲਾ ਕਰ ਸਕਦਾ, ਇਸ 'ਚ ਹਮਲਾ ਬੋਲ ਸਕਦਾ, ਇਸ ਰੂਪ ਵਿੱਚ ਹਮਲਾ ਬੋਲ ਸਕਦਾ। ਪ੍ਰਿਆ ਚਿੱਤਰਾਂ ਨੇ ਤਾਂ ਇੱਕ ਬੰਦੇ ਦੇ ਮਨ ਨੂੰ ਇਹ ਸੁਚੇਤ ਕੀਤਾ। ਲੋਕ ਕਹਿੰਦੇ ਨੇ ਕਿ ਕਾਮ ਦਾ ਹੀ ਨੰਗਾ ਵਖਿਆ ਹੈ, ਬਈ ਕਾਮ ਤੇ ਕਾਮ ਉਹ ਹੀ ਹੈ ਜਿਹੜਾ ਅਸੀਂ ਭੋਗਣਾ ਤੇ ਉਸ ਭੋਗਣ ਵਾਸਤੇ ਆ ਧਰਮ ਦਾ ਵਿਅਕਤੀ
सेंशन है काम जिथे अपने आप चीज है उथे बहुत पवित्र चीज भी है इतने रंगदार चौंकी गुरुद्वारे जाके गुरुद्वारे आके जो एक लड़के लड़की का विह हों संगत गुरु जी की हजूरी में आम की सेंशन देती है आम की होना है सारे पता तो पता मैं पता कामुक एक्टिविटी तो सू पता है वो एक्टिविटी जीडिया ने बंदे समझा वास्ते जे पैगंबर अलफाजा राही प्रगट करता है तो गुरुआ पाप पूरा है गुरु जोड़ा है वो सिर्फ सत्संग कि बैठना है यही समझाता गुरु तो यह समझाता है कि सत्संग आना कि बैठना कि इतों लैना कि जाना कि सड़क के लोगों कि व्यवहार करना है घर के बच्चों का कि व्यवहार करना है दफ्तर में व्यवहार तरह कि हो गए समुची जिंदगी जी है गुरु ने वो दसनी है पूरा गुरु तो है जोड़ा गुरु आम तरह जो विकृत रूप है वो जो नहीं समझावे तो अपनी जिंदगी दया कई गल् ऐसा जी सब नहीं समझ खेत्र केवल यही समझाया है बहुत कुछ नहीं समझा सचे पातशाह गुरु ने यह गल जी है प्रिया खेत्र संदेश दिता कि पढ़ नारी की सेहत पूर्ण सुपने होना चाहिए यह लक्ष्य जरा रख्या होया है उस लक्ष्य को छड़ के एवं ए तो गलत लिखी है ऐ तो गलत लिखी है जी ये तो हम श्री गुरु ग्रंथ साहब चाह अच ना सुखी कल सिवान मुड़े मुड़ जाया जी ये कोई गलत कर लगे तो कई गाली जिंदगी बार बार गुरु जी कह रहे हैं ज्ञान आएगा मार्ग भोग ने भोग जो एक नाम है सैक्स है हम अभी कही सैक्सुअल गलत कीतियां ने श्री गुरु साहब सच्चे पातशाह महाराज जी ने जिड़िया बातों उन्होंने कही ने उसे सेजा बयान करनी चाहिए सेहत की है भोग की है और सारिया चीज़ों ने उन्होंने समझना पड़ेगा इसे तुम दस समझना पड़ेगा हूँ मैं एक बेनती करा एक आ जाता जी कि राम से श्याम काली के तीन कवियों के नाम बाणियों पाने ये जरा बड़ा भुलेखा पाया जाता है कि ये राम श्याम कवि की रचना बहुत रचना मानी काली नाम किसी किसी आता है यह बिल्कुल झूठी गल राम से श्याम ध्यान नाल दसम ग्रंथ में पढ़ना बिल्कुल झूठी गल राम उस बच्चे का नाम है जिसका नाम श्याम है काली उस बच्चे का नाम है जरा राम भी श्याम है क्यों क्योंकि इसे सब उदाहरण कृष्ण अवतार जेकर श्री गुरु साहब सच्चे पातशाह ने दो बंदियां तो लिखवाना जे दो बंदियां तो लिखवाना हो कृष्ण अवतार का अद्धा भाग एक बंदे को दिता जाएगा अद्धा दूजे को दिता जाएगा भी तू अद्धा है तू अद्धा है परंतु इतने की है इको छंद एक तो राम की है राम का नाम आ गया अगली श्याम की आ गई एक संभव हो सकता है अपने अपने वक्रे वक्रे इसे तरह ही कृष्ण अवतार का एक भाग में केवल राम का नाम आता दूजे भाग में केवल श्याम का नाम आता तो यह गल मनी जा सकती थी परंतु इको छंद चार पंक्तियों हूँ चार पंक्तियों में एक पंक्ति जी है राम का नाम आ गया दूजे दूजे श्याम का नाम आ गया और यह चीज कई जगह से रिपीट हुई है इस करके ये निश्चित ही है भी जोड़ा राम है वो श्याम दरअसल राम अवतार कृष्ण अवतार राम से श्याम गुरु जी समय के राम से श्याम आप बन रहे हैं कि इस समय का राम से श्याम मैं जिमें राम ने पहला रघुकुल में आके उसने अपना क्षत्रिय धर्म निभाया जिमें कृष्ण ने कंस का वध किया उस तरह इस समय का कंस जरा औरंगजेब है उसका वध करने वास्ते उसका समूह नाश करने वास्ते मैं आया तुम देखो कि कोई भी कवि कृष्ण अवतार के मुगलों के नाम नहीं लिया सकता मुगलों के नाम किसी गाथा च मुसलमान आए ही नहीं सन परंतु मुगल खड़े किए हैं कुछ मुगल जड़े ने श्री कृष्ण नाल खड़ोते ने कुछ जरा सिंह नाल खड़ोते कोई खड़क सिंह एक खड़क सिंह करैक्टर नवा ही है ना ही कोई कितने नवा नाम इंट्रोड्यूस करता है खड़क सिंह ने सुर भी बनाता है जिस पर सब देवी देवते हाथ लगते हैं जिसके सामने कोई देवता नहीं देख सकता वो खड़क सिंह है एक मॉडल जरा उन्होंने सिख बनाना है वो सागर के मॉडल परंतु वो देखने वास्ते इस तरह के हाव भाव करवाए जाते हैं काम
ਨੂੰ ਦੇਖਣ ਵਾਸਤੇ ਵਰਤਿਆ ਜਾਂਦਾ ਹੈ। ਹੁਣ ਮੁਗਲਾਂ ਨੂੰ ਵਿਆਹੁਣਾ ਕ੍ਰਿਸ਼ਨ ਅਵਤਾਰ ਵਿੱਚ, ਇਹਦਾ ਭਾਵ ਇਹ ਸੀ ਕਿ ਅੱਜ ਦਾ ਜਿਹੜਾ ਸ਼ਤਰੂ ਹੈ, ਅੱਜ ਜਿਸ ਦਾ ਵੱਧ ਕਰਨਾ ਹੈ, ਉਹ ਇਹ ਮੁਗਲ ਸਰਕਾਰ ਦੇ ਸਮਰਥਕ ਹਨ। ਔਰ ਦੋਵੇਂ ਪਾਸੇ ਤੁਸੀਂ ਦੇਖੋਗੇ ਸਿੰਘ ਨਾਮ ਦੇ ਦੋਵੇਂ ਪਾਸੇ ਬੰਦੇ ਹਨ, ਜਰਾ ਸਿੰਘ ਵਾਲੇ ਪਾਸੇ ਵੀ, ਧਰਮ ਦੀ ਸ਼ਕਤੀ ਵਾਲੇ ਪਾਸੇ ਵੀ, ਧਰਮ ਦੀ ਸ਼ਕਤੀ ਵਾਲੇ ਪਾਸੇ ਵੀ। ਸੋ ਇਹ ਗੱਲਾਂ ਜਿਹੜੀਆਂ ਬਹੁਤ ਗੂੜ ਗੰਭੀਰ ਹਨ, ਇਹਨਾਂ ਗੱਲਾਂ ਨੂੰ ਜਦੋਂ ਤੱਕ ਅਸੀਂ ਗੰਭੀਰਤਾ ਨਾਲ ਵੀ ਵਿਚਾਰਾਂਗੇ ਤਦੋਂ ਤੱਕ ਇਹ ਬਾਤਾਂ ਸਮਝ ਨਹੀਂ ਆ ਸਕਦੀਆਂ। ਮੈਂ ਪੰਜਾਬੀਆਂ ਵਾਸਤੇ ਸਮਾਂ ਮੰਗਦਾ ਕਿਉਂਕਿ ਸਮਾਂ ਹੋ ਚੁੱਕਾ ਹੈ। ਆਪ ਜੇ ਅੱਗੇ ਨਿਵੇਦਨ ਹੈ ਕਿ ਅਸੀਂ ਸਾਰਿਆਂ ਨੂੰ ਇਹ ਦਸਮ ਗ੍ਰੰਥ ਦੀ ਬਾਣੀ ਪੜ੍ਹ ਕੇ ਵਿਚਾਰ ਕੇ ਫਿਰ ਜਿਹੜਾ ਹੈ ਉਹਦੇ ਉੱਤੇ ਕਿਸੇ ਨਤੀਜੇ 'ਚ ਪਹੁੰਚਣਾ ਚਾਹੀਦਾ ਹੈ। ਪਰ ਉਹ ਸਾਹਿਬਾਨ ਦਾ ਧੰਨਵਾਦ ਹੈ, ਆਪ ਸਭ ਦਾ ਧੰਨਵਾਦ ਹੈ ਜਿਹਨਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਹੈ। ਉਹਨਾਂ ਚੁੱਕਾਂ ਦਾ ਸਮਾਂ ਸਵਾਗਤ।